ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਲੈਕਚਰਰ ਸਿਮਰਨਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੀ ਇਸ ਆਨਲਾਈਨ ਜਮਾਤ ਵਿੱਚ ਜਿਸ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਾਡੀ 12ਵੀਂ ਜਮਾਤ ਦੀ ਜਿਹੜੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਉਹਦੇ ਵਿੱਚ ਭਾਗ ਪਹਿਲਾ ਜਾਂ ਖੰਡ ਪਹਿਲਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਜਿਹੜੇ ਚੈਪਟਰ ਆ ਪਾਠ ਹੈ ਉਹਨਾਂ ਬਾਰੇ ਆਪਾਂ ਪੜ ਰਹੇ ਸੀਗੇ ਉਹਦੇ ਵਿੱਚ ਆਪਾਂ ਪਹਿਲਾ ਪਾਠ ਹੈ ਜਿਹੜਾ ਉਹ ਪੜ ਚੁੱਕੇ ਆ ਹੁਣ ਆਪਾਂ ਗੱਲ ਕਰਦੇ ਆ ਸਾਡੇ ਦੂਜੇ ਪਾਠ ਦੀ ਜਿਹਦਾ ਨਾਮ ਹੈ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਬਾਰੇ ਆਪਾਂ ਗੱਲਾਂ ਕਰਾਂਗੇ ਜੀ ਉਹਦੇ ਨਾਲ ਨਾਲ ਉਹਨਾਂ ਦੀਆਂ ਕਵਿਤਾਵਾਂ ਤੇ ਵੀ ਚਰਚਾ ਕਰਾਂਗੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਤੁਹਾਨੂੰ ਇੱਕ ਗੱਲ ਯਾਦ ਹੋਣੀ ਚਾਹੀਦੀ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਦਾ ਅਨਵੇਲਾ ਕਵੀ ਕਿਹਾ ਜਾਂਦਾ ਹੈ ਅਲਵੇਲਾ ਹੁੰਦਾ ਹੈ ਨਾ ਜਿਹੜਾ ਮਤਲਬ ਮਸਤੀ ਦੇ ਵਿੱਚ ਜਿਹੜਾ ਹੋਵੇ ਉਹਨੂੰ ਆਪਾਂ ਕਹਿ ਦਿੰਨੇ ਆ ਮਸਤ ਸੁਭਾਅ ਵਾਲੇ ਨੂੰ ਕਹਿ ਦਿੰਨੇ ਆ ਅਲਵੇਲਾ ਕਵੀ ਪੰਜਾਬੀ ਦਾ ਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਖੁੱਲੀ ਕਵਿਤਾ ਲਿਖਣ ਦੀ ਪਿਰਤ ਜਿਹੜੀ ਕਿਸ ਨੇ ਪਾਈ ਸੀਗੀ ਪ੍ਰੋਫੈਸਰ ਪੂਰਨ ਸਿੰਘ ਨੇ ਪਾਈ ਸੀ ਠੀਕ ਹੈ ਜੀ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਹਨ ਹੁਣ ਆਪਾਂ ਗੱਲ ਕਰਦੇ ਆ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਬਾਰੇ ਪਹਿਲੀ ਕਵਿਤਾ ਦੇ ਰੱਖੀ ਹੈ ਜਿਹਦਾ ਸਿਰਲੇਖ ਹੈ ਪੰਜਾਬ ਦੇ ਮਜ਼ੂਰ ਅਚਾ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਹੋਊਗਾ ਵੀ ਸਰ ਮਜ਼ੂਰ ਕਿਉਂ ਲਿਖਿਆ ਇੱਥੇ ਹਨਾ ਮਜ਼ੂਰ ਹੈ ਹਨਾ ਮਜ਼ੂਰ ਸ਼ਬਦ ਹੈ ਜਿਹੜਾ ਇਹ ਬਣਿਆ ਉਸੇ ਤੋਂ ਹੀ ਹੈ ਜਿਹੜਾ ਤੁਹਾਡੇ ਦਿਮਾਗ ਚ ਆਈ ਜਾਂਦਾ ਹੈ ਕਿਹੜਾ ਸ਼ਬਦ ਮਜ਼ਦੂਰ ਇਹ ਜਿਹੜਾ ਬੇਟਾ ਜੀ ਮਜ਼ਦੂਰ ਸ਼ਬਦ ਹੈ ਨਾ ਮਜ਼ਦੂਰ ਸ਼ਬਦ ਜਿਹੜਾ ਮੈਂ ਲਿਖਿਆ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਦੋਂ ਇਹਨੂੰ ਮਜ਼ਦੂਰ ਨੂੰ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਤਾਂ ਉਦੋਂ ਇਸ ਨੂੰ ਮਜ਼ੂਰ ਲਿਖਿਆ ਜਾਂਦਾ ਹੈ ਹਨ ਤੁਸੀਂ ਸੁਣਿਆ ਹੋਣਾ ਇੱਕ ਅਖਾਣ ਆਖੇ ਕਰ ਮਜ਼ੂਰੀ ਤੇ ਖਾਚੂਰੀ ਮਜ਼ੂਰੀ ਲਿਖਿਆ ਹੈ ਨਾ ਉੱਤੇ ਮਜ਼ਦੂਰੀ ਸ਼ਬਦ ਨਹੀਂ ਵਰਤਿਆ ਇਸ ਕਰਕੇ ਇਹ ਸ਼ਬਦ ਹੈ ਜਿਹੜਾ ਮਜ਼ੂਰ ਮਤਲਬ ਹੈ ਅਰਥ ਉਹੀ ਹੈ ਮਜ਼ਦੂਰੀ ਬਣਦਾ ਹੈ ਸਣ ਲੋ ਪਹਿਲਾ ਕਵਿਤਾ ਕਵਿਤਾ ਦਾ ਮੈਂ ਵਾਚਨ ਕਰਦਾ ਧਿਆਨ ਨਾਲ ਸੁਣੋ ਬੜੇ ਸੋਹਣੇ ਢੰਗ ਨਾਲ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਲਿਖੀ ਹੈ ਪੰਜਾਬ ਦੇ ਮਜ਼ਦੂਰਾਂ ਨੂੰ ਸੰਬੰਧਿਤ ਇਹ ਕਵਿਤਾ ਉਹਨਾਂ ਨੂੰ ਸੰਬੋਧਿਤ ਹੈ ਓਏ ਮਜ਼ੂਰ ਚੰਗੇ ਲੱਗਦੇ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਢਲੀਆਂ ਇਨਾਂ ਦੀਆਂ ਜ਼ਿੰਦਗੀਆਂ ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ ਨਾ ਛੁਪਦੇ ਨਾ ਛਪਾਂਦੇ ਕੁਝ ਆਪਣਾ ਨੰਗੇ ਨੰਗੇ ਦੇਲ ਇਹਨਾਂ ਦੇ ਭੋਲੇ ਪਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦਾ ਸੰਤੋਖ ਵੱਡਾ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ ਕੀ ਕਰਦੇ ਮੇਰੇ ਜੀ ਨੂੰ ਠਾਰ ਦੇ اچھا ਠੀਕ ਹੈ ਜੀ ਕਵਤਾ ਵਾਚਨ ਹੋ ਗਿਆ ਹਨਾ ਤੁਹਾਨੂੰ ਬਹੁਤ ਸਾਰੇ ਸ਼ਬਦ ਹੈ ਜਿਹੜੇ ਇਹਦੇ ਵਿੱਚੋਂ ਕਲੀਅਰ ਤੁਹਾਨੂੰ ਸਪਸ਼ਟ ਪਤਾ ਹੈ ਉਹਨਾਂ ਦੇ ਅਰਥ ਵੈਸੇ ਥੱਲੇ ਦੇ ਰੱਖੇ ਜਿਵੇਂ ਖਿਆਲ ਦਾ ਮਤਲਬ ਹੈ ਵਿਚਾਰ ਬੇਨਕਾਬ ਦਾ ਮਤਲਬ ਹੁੰਦਾ ਪਰਦਾ ਰਹਿਤ ਠਾਰ ਦੇ ਮਤਲਬ ਤ੍ਰਿਪਤ ਕਰ ਦੇ ਲੋ ਹੁਣ ਗੱਲ ਕਰਦੇ ਇਸ ਕਵਤਾ ਦੀ ਇਹਦੇ ਵਿੱਚ ਦੇਖੋ ਬੇਟਾ ਜੀ ਤੁਸੀਂ ਜਦੋਂ ਤੁਸੀਂ ਪੇਪਰਾਂ ਦੀ ਤਿਆਰੀ ਕਰੋਗੇ ਇਗਜ਼ਾਮ ਦੀ ਤਿਆਰੀ ਕਰੋਗੇ ਉਦੋਂ ਤੁਹਾਡੇ ਸਾਹਮਣੇ ਪ੍ਰਸ਼ਨ ਹੋ ਸਕਦੇ ਆ ਵੀ ਕਿਸੇ ਵੀ ਕਵਿਤਾ ਦਾ ਸਾਰ ਲਿਖੋ ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਲਿਖੋ ਠੀਕ ਹੈ ਅਗਰ ਤੁਸੀਂ ਕੋਈ ਵੀ ਸ਼ੁਰੂ ਕਰਨਾ ਚਾਹੇ ਤੁਸੀਂ ਸਾਰ ਸ਼ੁਰੂ ਕਰਨਾ ਹੈ ਚਾਹੇ ਤੁਸੀਂ ਕੇਂਦਰੀ ਭਾਵ ਮੰਨ ਲਓ ਆ ਗਿਆ ਵੀ ਪੰਜਾਬ ਦੇ ਮਜ਼ੂਰ ਹੈ ਕਵਿਤਾ ਦਾ ਕੇਂਦਰੀ ਭਾਵ ਲਿਖੋ ਤੁਸੀਂ ਇਹ ਗੱਲ ਜ਼ਰੂਰ ਦੱਸਣੀ ਹੈ ਸਾਰ ਲਿਖੋ ਵੀ ਆ ਗਿਆ ਮੰਨ ਲਓ ਤੁਸੀਂ ਜ਼ਰੂਰ ਦੱਸਣਾ ਵੀ ਇਹ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚੀ ਗਈ ਹੈ ਉਸ ਤੋਂ ਬਾਅਦ ਕੀ ਕੀਤਾ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਮਜ਼ਦੂਰ ਵਰਗ ਨੂੰ ਇਸ ਕਵਿਤਾ ਦੇ ਵਿੱਚ ਸੰਬੋਧਨ ਕੀਤਾ ਉਹਨਾਂ ਦੇ ਸੁਭਾਅ ਬਾਰੇ ਦੱਸਿਆ ਕਿਵੇਂ ਦਾ ਓਏ ਮਜ਼ਦੂਰ ਚੰਗੇ ਲੱਗਦੇ ਮੈਨੂੰ ਮਜ਼ਦੂਰ ਹੈ ਜਿਹੜੇ ਇਹ ਚੰਗੇ ਲੱਗਦੇ ਹੈ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਇਹਨਾਂ ਦੇ ਮਨ ਦੇ ਵਿੱਚ ਜਿਹੜੇ ਖਿਆਲ ਆਉਂਦੇ ਆ ਨਾ ਭਾਵ ਆਉਂਦੇ ਆ ਜਿਹੜੇ ਵਿਚਾਰ ਹੁੰਦੇ ਆ ਉਹ ਨਿੱਕੇ ਨਿੱਕੇ ਖਿਆਲ ਹੈ ਛੋਟੇ ਛੋਟੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਟਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਤੇ ਉਹ ਨਿੱਕੇ ਨਿੱਕੇ ਖਿਆਲਾਂ ਦੇ ਵਿੱਚ ਉਹਨਾਂ ਮਜ਼ਦੂਰਾਂ ਦੀ ਜ਼ਿੰਦਗੀ ਟਲੀ ਹੋਈ ਹੈ ਇੱਕ ਮਜ਼ਦੂਰ ਜਦੋਂ ਆਪਣੇ ਆਪਾਂ ਜਦੋਂ ਪਤਾ ਹੈ ਤੁਹਾਨੂੰ ਹਨਾ ਜਦੋਂ ਇੱਕ ਮਜ਼ਦੂਰ ਜਿਹੜਾ ਹੁੰਦਾ ਉਹ ਜਦੋਂ ਆਪਣਾ ਕੰਮਕਾਰ ਕਰਦਾ ਤਾਂ ਉਸ ਤੋਂ ਬਾਅਦ ਉਸਦੇ ਮਤਲਬ ਹੁੰਦੇ ਆ ਵੀ ਛੋਟੀਆਂ-ਛੋਟੀਆਂ ਜ਼ਰੂਰਤਾਂ ਉਹਨੇ ਪੂਰੀਆਂ ਕਰਨੀਆਂ ਹੁੰਦੀਆਂ ਇਸ ਕਰਕੇ ਉਹਦੇ ਮਨ ਦੇ ਖਿਆਲ ਜਿਹੜੇ ਛੋਟੇ-ਛੋਟੇ ਹੁੰਦੇ ਆ ਨਿੱਕੇ-ਨਿੱਕੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਢਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਸਾਦੇ-ਸਾਦੇ ਚਿਹਰੇ ਉਸੀ ਦੇਖਿਆ ਕਦੇ ਵੀ ਕੋਈ ਮਜ਼ਦੂਰ ਆ ਜਿਹੜਾ ਉਹ ਉਹਨੇ ਮਤਲਬ ਕੀਆ ਵੀ ਪਹਿਰਾਵਾ ਜਿਹੜਾ ਉਹ ਬੜਾ ਮਤਲਬ ਪਾ ਰੱਖਿਆ ਵੀ ਜਿਹੜਾ ਮਤਲਬ ਸਾਦਾ ਨਹੀਂਗਾ ਸਾਦੇ ਪਹਿਰਾਵੇ ਹੁੰਦੇ ਆ ਹਨਾ ਮਜ਼ਦੂਰਾਂ ਦੇ ਮਜ਼ਦੂਰ ਦੀ ਪਛਾਣ ਆਪਾਂ ਉਸਦੇ ਪਹਿਰਾਵੇ ਤੋਂ ਕਰ ਲੈਨੇ ਆ ਹਨਾ ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ ਉਹਨਾਂ ਦੇ ਚਿਹਰੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਲੁਕੋ ਨਹੀਂ ਹੈ ਉਹਨਾਂ ਦੇ ਚਿਹਰੇ ਬੇਨਕਾਬ ਮਤਲਬ ਪਰਦਾ ਰਹਿਤ ਹਨ ਪਰਦਾ ਰਹੇ ਤਾਂ ਕੋਈ ਪਰਦਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਜੋ ਆਪਣੇ ਮਨ ਦੇ ਵਿੱਚ ਰੱਖਣ ਉਹਨਾਂ ਦੇ ਮਨ ਦੀ ਗੱਲ ਉਹਨਾਂ ਦੇ ਚਿਹਰੇ ਤੇ ਸਪਸ਼ਟ ਨਜ਼ਰ ਆਉਂਦੀ ਹੈ ਮਜ਼ਦੂਰਾਂ ਦੀ ਨਾ ਛੁਪਦੇ ਨਾ ਛੁਪਾਉਂਦੇ ਕੁਝ ਆਪਣਾ ਨਾ ਤਾਂ ਆਪਣੇ ਆਪ ਨੂੰ ਲੁਕਾਉਂਦੇ ਐ ਨਾ ਆਪਣੇ ਮਨ ਦੇ ਕਿਸੇ ਵਿਚਾਰ ਨੂੰ ਲੁਕਾਉਂਦੇ ਐ ਮਤਲਬ ਕੁਝ ਵੀ ਨਹੀਂ ਛੁਪਦੇ ਛੁਪਾਉਂਦੇ ਨੰਗੇ ਨੰਗੇ ਦਿਲ ਇਹਨਾਂ ਦੇ ਨੰਗੇ ਦਿਲ ਤੋਂ ਭਾਵ ਹੈ ਵੀ ਇਹਨਾਂ ਦੇ ਦਿਲ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਮੈਲ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਦਵੇਸ਼ ਦੀ ਭਾਵਨਾ ਨਹੀਂ ਹੈ ਇਹਨਾਂ ਦੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੋਈ ਰੋਸ ਗੁੱਸਾ ਨਹੀਂ ਹੈ ਇਸ ਕਰਕੇ ਕਿਆ ਜਾਂਦਾ ਨੰਗੇ ਨੰਗੇ ਦਿਲ ਇਹਨਾਂ ਦੇ ਭੋਲੇ-ਪਾਲੇ ਲੋਕ ਇਹ ਵਿਚਾਰੇ ਭੋਲੇ-ਪਾਲੇ ਲੋਕ ਨੇ ਆਲੀਆਂ ਭੋਲੀਆਂ ਗੱਲਾਂ ਤੇ ਇਹਨਾਂ ਦੀਆਂ ਭੋਲੀਆਂ ਗੱਲਾਂ ਨੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਬੜੀਆਂ ਹੀ ਸਾਧੀਆਂ ਭੋਲੀਆਂ ਮਤਲਬ ਸਾਧੀਆਂ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਵਾਸਤੇ ਗਰੀਬੀ ਹੈ ਜਿਹੜੀ ਬਹੁਤ ਹੀ ਛੋਟੀ ਹੈ ਗਰੀਬੀ ਨਿੱਕੀ ਕਿਵੇਂ ਸੁਣੋ ਅਗਲੀ ਅਗਲੀ ਗੱਲ ਜਦੋਂ ਤੁਸੀਂ ਸੁਣੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਗਰੀਬੀ ਕਿਵੇਂ ਨਿੱਕੀ ਹੁੰਦੀ ਹੈ ਇਹਨਾਂ ਦਾ ਸੰਤੋਖ ਵੱਡਾ ਸੰਤੋਖ ਮਤਲਬ ਹੁੰਦਾ ਸਬਰ ਕਰ ਲੈਣਾ ਹਨਾ ਸਬਰ ਕਰਨਾ ਸੰਤੋਖ ਇਨਾਂ ਦਾ ਸਬਰ ਹੈ ਜਿਹੜਾ ਇਹਨਾਂ ਦੇ ਸਬਰ ਦੇ ਅੱਗੇ ਇਹਨਾਂ ਦੀ ਗਰੀਬੀ ਹੈ ਜਿਹੜੀ ਉਹ ਬਹੁਤ ਛੋਟੀ ਪੈ ਜਾਂਦੀ ਹੈ ਤੁਸੀਂ ਦੇਖ ਲਓ ਮਨ ਆਪਣੇ ਆਪ ਹੀ ਮੰਨ ਲਓ ਆਪਾਂ ਆਪਣਾ ਜੇ ਉਦਾਹਰਣ ਲਈਏ ਤਾਂ ਤੁਸੀਂ ਇਹ ਮੰਨ ਲਓ ਤੁਹਾਡੇ ਮਨ ਦੇ ਵਿੱਚ ਕਿੰਨੇ ਵਿਚਾਰ ਹੁੰਦੇ ਆ ਹਨ ਕਿਸੇ ਤੁਸੀਂ ਦੋਸਤ ਮਿੱਤਰ ਦੇ ਕੋਲ ਕੋਈ ਵਧੀਆ ਚੀਜ਼ ਦੇਖਦੇ ਹੋ ਫਿਰ ਤੁਹਾਡੇ ਮਨ ਚ ਵਿਚਾਰ ਆਉਂਦਾ ਵੀ ਇਹ ਚੀਜ਼ ਮੇਰੇ ਕੋਲ ਵੀ ਹੋਵੇ ਕੀ ਮਜ਼ਦੂਰ ਦੇ ਮਨ ਚ ਇਹ ਖਿਆਲ ਨਹੀਂ ਆਉਂਦਾ ਬਿਲਕੁਲ ਆਉਂਦਾ ਪਰ ਮਜ਼ਦੂਰ ਹੈ ਜਿਹੜਾ ਉਸ ਦਾ ਸੰਤੋਖ ਸਬਰ ਹੈ ਬੀ ਉਹ ਚੀਜ਼ ਹੈ ਜਿਹੜੀ ਉਹ ਅਗਰ ਉਸ ਨੂੰ ਨਾ ਉਸ ਉਸ ਤੋਂ ਉਸ ਬਸਤੂ ਤੱਕ ਅਗਰ ਉਸ ਮੈ ਦੂਰ ਦੀ ਪਹੁੰਚ ਨਹੀਂ ਹੈ ਤਾਂ ਉਸ ਦੀ ਕੀ ਹੈ ਮਤਲਬ ਕੀ ਹੈ ਵੀ ਉਹ ਉਹ ਮਤਲਬ ਉਸ ਦੇ ਸੰਤੋਖ ਸਾਹਮਣੇ ਉਸ ਦੀ ਗਰੀਬੀ ਹੈ ਜਿਹੜੀ ਕੁਝ ਵੀ ਨਹੀਂ ਹੈ ਠੀਕ ਆ ਬੇਟਾ ਜੀ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ ਇਹ ਮਜ਼ਦੂਰ ਨੇ ਜਿਹੜੇ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰਦੇ ਨੇ ਜਿਆਦਾ ਜਦੋਂ ਗਰਮੀ ਹੁੰਦੀ ਹੈ ਉਦੋਂ ਤੁਸੀਂ ਪਾਣੀ ਪੀਨੇ ਤਾਂ ਤੁਹਾਡਾ ਜਿਹੜਾ ਸਰੀਰ ਆ ਜਿਹੜਾ ਜੀ ਹੈ ਹਨਾ ਉਹ ਠਰ ਜਾਂਦਾ ਹਨਾ ਉਸ ਨੂੰ ਸ਼ਾਂਤੀ ਮਿਲਦੀ ਹੈ ਐਸੇ ਕਰਕੇ ਕਵੀ ਕਹਿੰਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਜਿਹੜੇ ਮਜ਼ਦੂਰ ਨੇ ਜਿਹੜੇ ਪੰਜਾਬ ਦੇ ਉਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਮੇਰੇ ਹਿਰਦੇ ਨੂੰ ਠਾਰਦੇ ਨੇ ਠੀਕ ਹੈ ਜੀ ਗੱਲ ਹੋ ਗਈ ਨਾ ਕਲੀਅਰ ਹੁਣ ਮੰਨ ਲਓ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਇਹਦੇ ਵਿੱਚੋਂ ਚੁਣ ਕੇ ਗੱਲਾਂ ਤੁਸੀਂ ਇਗਜ਼ਾਮ ਦੇ ਵਿੱਚ ਲਿਖਦੇ ਹੋ ਤੇ ਵਧੀਆ ਤੁਹਾਡੇ ਨੰਬਰ ਆ ਜਾਣਗੇ ਹਨਾ ਆ ਦੇਖ ਲਓ ਇੱਕ ਵਾਰੀ ਫੇਰ ਕਵਿਤਾ ਜਿਹੜੀ ਪੰਜਾਬ ਦੇ ਮਜ਼ੂਰ ਕਵਿਤਾ ਆਪਾਂ ਪੜ੍ਹੀਏ ਪੰਜਾਬ ਦੇ ਮਜ਼ੂਰਾਂ ਨੂੰ ਸੰਬੋਧਨ ਕਰ ਕੀਤੀ ਹੋਈ ਹੈ ਇਹ ਕਵਿਤਾ ਜਿਹਦੇ ਵਿੱਚ ਪੰਜਾਬ ਦੇ ਮਜ਼ੂਰਾਂ ਦੇ ਸੁਭਾਅ ਬਾਰੇ ਗੱਲ ਕੀਤੀ ਹੈ ਕਵੀ ਨੇ ਅਗਲੀ ਕਵਿਤਾ ਦੇਖ ਲਓ ਕਿਹੜੀ ਹੈ ਅਗਲੀ ਕਵਿਤਾ ਦਾ ਸਰਲੇਖ ਹੈ ਹਾਲ ਵਹਣ ਵਾਲੀ ਹਲਵਾਉਣ ਵਾਲੇ ਕੌਣ ਹੁੰਦੇ ਆ ਬਈ ਖੇਤਾਂ ਦੇ ਵਿੱਚ ਹਲਵਾਉਣ ਵਾਲੇ ਤਾਂ ਜੀ ਕਿਸਾਨ ਹੁੰਦੇ ਆ ਹਨਾ ਜਿਨ੍ਹਾਂ ਨੂੰ ਆਪਾਂ ਕਿਰਸਾਨ ਕਹਿ ਦਿੰਨੇ ਆ ਹਨਾ ਕਿਰਸਾਨ ਜਾਂ ਕਿਸਾਨ ਹਨਾ ਸੋ ਕਿਰਸਾਨ ਹਲਵਾਉਣ ਵਾਲੇ ਕੌਣ ਹੁੰਦੇ ਆ ਕਿਰਸਾਨ ਸੋ ਇਹ ਕਵਿਤਾ ਹੈ ਜਿਹੜੀ ਇਹ ਕਿਸਾਨਾਂ ਨੂੰ ਸੰਬੋਧਨ ਕੀਤੀ ਗਈ ਹੈ ਆਓ ਫਿਰ ਕਵਿਤਾ ਦਾ ਮੈਂ வாਚਨ ਕਰਦਾ ਤੁਸੀਂ ਧਿਆਨ ਨਾਲ ਸੁਣੋ ਓਏ ਮੈਂ ਪੜਨ ਪੜਾਣ ਸਾਰਾ ਛੱਡਿਆ ਜਿਹੜੀ ਆਪਾਂ ਪਿਛਲੀ ਕਵਤਾ ਜਿਹੜੀ ਪੜ੍ਹੀ ਸੀ ਉਹਦੇ ਵਿੱਚ ਵੀ ਓਏ ਸ਼ਬਦ ਦੀ ਵਰਤੋਂ ਕੀਤੀ ਹੈ ਕਵੀ ਨੇ ਇੱਥੇ ਵੀ ਕੀਤੀ ਹੈ ਓਏ ਮੈਂ ਪੜਨ ਪੜਾਣ ਸਾਰਾ ਛੱਡਿਆ ਦਿਲ ਮੇਰਾ ਆਣ ਵਾਹਿਆਂ ਵਿੱਚ ਖੁੱਪਿਆ ਪੈੜੀਆਂ ਮੇਰੀਆਂ ਕਿਤਾਬਾਂ ਹੋਈਆਂ ਜੱਟ ਬੂਟ ਮੇਰੇ ਯਾਰ ਵੋ ਲੱਸੀ ਦਾ ਛੰਨਾ ਦਿੰਦੇ ਬਾਜਰੇ ਦੀ ਰੋਟੀ ਮੱਖਣ ਦੀ ਪਿੰਨੀ ਦਿੰਦੇ ਦੁੱਧ ਦੀਆਂ ਕਟੋਰੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਮ ਆਇਆ ਹਨ ਹਾਂ ਅੱਗੇ ਦੇਖੋ ਸਾਗ ਦਿੰਦੇ ਦਾਣੇ ਦਿੰਦੇ ਭੁੰਨੇ ਮੱਕੀ ਜਵਾਰ ਤੇ ਛੋਲੀਆਂ ਪਾਣੀ ਠੰਡਾ ਖੂਹਾਂ ਦਾ ਦਿੰਦੇ ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ ਟਿੱਬੇ ਢੇਰ ਸਾਰੇ ਢਾ ਮદાન ਕਰਨ ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ ਇਹ ਲੋਕੀ ਕਿਹੜੇ ਲੋਕੀ ਜਿਹੜੇ ਕਿਰਸਾਣ ਲੋਕ ਐ ਜਿਹੜੇ ਹਲ ਵਾਉਣ ਵਾਲੇ ਐ ਕਿਰਸਾਣ ਕਿਰਤੀ ਲੋਕ ਐ ਜਿਹੜੇ ਉਹ ਕੌਣ ਨੇ ਮੇਰੇ ਰੱਬ ਦੀਆਂ ਪਹਿਲੀਆਂ ਹਨ ਦੱਸ ਦੋਗੇ ਨਾ ਵੀ ਕਵੀ ਨੇ ਰੱਬ ਦੀਆਂ ਪਹਿਲੀਆਂ ਕਿਹਨੂੰ ਕਿਹਾ ਕਿਹਨੂੰ ਕਿਹਾ ਹੈ ਜੀ ਉਹਨਾਂ ਕਿਰਸਾਣਾਂ ਨੂੰ ਹਲ ਵਾਉਣ ਵਾਲਿਆਂ ਨੂੰ ਸੋ ਠੀਕ ਐ ਜੀ ਕਵਿਤਾ ਦੀ ਆਪਾਂ ਗੱਲ ਕਰ ਲਈ ਕਵਿਤਾ ਦਾ வாਚਨ ਹੋ ਗਿਆ ਹੁਣ ਆਪਾਂ ਕਰਦੇ ਹਾਂ ਸਰਲ ਅਰਥ ਕਵਿਤਾ ਦੇ ਸੁਣੋ ਕੀ ਕਹਿੰਦਾ ਕਵੀ ਕਵੀ ਕਹਿੰਦਾ ਓਏ ਮੈਂ ਪੜਨ ਪੜਾਣ ਸਾਰਾ ਛੱਡਿਆ ਕਵੀ ਕਹਿੰਦਾ ਹੁਣ ਮੇਰਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਇਸ ਕਰਕੇ ਮੈਂ ਸਾਰਾ ਪੜਨਾ ਪੜਾਉਣਾ ਜਿਹੜਾ ਜਿਹੜਾ ਕਿਤਾਬੀ ਗਿਆਨ ਸੀ ਉਹ ਸਾਰਾ ਮੈਂ ਛੱਡ ਦਿੱਤਾ ਦਿਲ ਮੇਰਾ ਆਣ ਵਾਇਆਂ ਵਿੱਚ ਖੁੱਬਿਆ ਵਾਇਆਂ ਮਤਲਬ ਖੇਤ ਦੇ ਵਿੱਚ ਕੰਮ ਕਰਦੇ ਆ ਜਦੋਂ ਆਪਾਂ ਹਨਾ ਖੇਤ ਵਿੱਚ ਹਲ ਚਲਾਉਨੇ ਆ ਜਦੋਂ ਤਾਂ ਉਸ ਨੂੰ ਆਪਾਂ ਕਿਹਾ ਜਾਂਦਾ ਵਾਈ ਵਾਈ ਦਾ ਕੰਮ ਹਨਾ ਹਾਂ ਦਿਲ ਮੇਰਾ ਆਣ ਵਾਇਆਂ ਵਿੱਚ ਖੁੱਬਿਆ ਕਵੀ ਕਹਿੰਦਾ ਵੀ ਮੇਰਾ ਦਿਲ ਹੈ ਜਿਹੜਾ ਉਹ ਹੁਣ ਖੇਤ ਦੇ ਕੰਮਕਾਰਾਂ ਦੇ ਵਿੱਚ ਖੁੱਬ ਗਿਆ ਹੈ ਰੁੱਝ ਗਿਆ ਹੈ ਅੱਗੇ ਪੈਣੀਆਂ ਮੇਰੀਆਂ ਕਿਤਾਬਾਂ ਹੋਈਆਂ ਹੁਣ ਮੇਰੀਆਂ ਜਿਹੜੀਆਂ ਕਿਤਾਬਾਂ ਕਵੀ ਨੇ ਆਪਣੀਆਂ ਕਿਤਾਬਾਂ ਜਿਹੜੀਆਂ ਉਹ ਕਿਨੂੰ ਬਣਾ ਲਿਆ ਪੈਣੀਆਂ ਨੂੰ ਪੈਲੀਆਂ ਨੂੰ ਮਤਲਬ ਜਿਹੜਾ ਹੁੰਦਾ ਨਾ ਖੇਤ ਆਪਾਂ ਉਸ ਨੂੰ ਕਹਿ ਦਿੰਦੇ ਆ ਨਾ ਪੈਲੀਆਂ ਖੇਤਾਂ ਨੂੰ ਪੈਲੀਆਂ ਪੈਲੀਆਂ ਮੇਰਾ ਮੇਰੀਆਂ ਕਿਤਾਬਾਂ ਹੋਈਆਂ ਕਿਤਾਬਾਂ ਕੌਣ ਹੋ ਗਈਆਂ ਜੀ ਪੈਲੀਆਂ ਜੱਟ ਬੂਟ ਮੇਰੇ ਯਾਰ ਉਹ ਤੇ ਮੇਰੇ ਯਾਰ ਮਿੱਤਰ ਕਵੀ ਕਹਿੰਦਾ ਕੌਣ ਬਣ ਗਏ ਜੱਟ ਬੂਟ ਜਿਹੜੇ ਜੱਟ ਜ਼ਮੀਂਦਾਰ ਹੈ ਤੇ ਬੂਟ ਮਤਲਬ ਬੂਟੇ ਜਿਹੜੇ ਖੇਤਾਂ ਦੇ ਵਿੱਚ ਦਰਖਤ ਹੁੰਦੇ ਆ ਨਾ ਉਹ ਹੁਣ ਮੇਰੇ ਯਾਰ ਮਿੱਤਰ ਬਣ ਗਏ ਠੀਕ ਹੈ ਜੀ ਗੱਲ ਕਲੀਅਰ ਕਿਤਾਬਾਂ ਕੌਣ ਬਣ ਗਿਆ ਪੈਲੀਆਂ ਤੇ ਯਾਰ ਕੌਣ ਹੋਗੇ ਹੁਣ ਕਵੀ ਦੇ ਜੱਟ ਬੂਟ ਮਤਲਬ ਜ਼ਿਮੀਂਦਾਰ ਹੈ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਬੂਟ ਮਤਲਬ ਬੂਟੇ ਅੱਛਾ ਠੀਕ ਹੈ ਜੀ ਹੁਣ ਅੱਗੇ ਕਵੀ ਕਹਿੰਦਾ ਵੀ ਕੀ ਕੀ ਜਦੋਂ ਮੈਂ ਉਹਨਾਂ ਮਜ਼ਦੂਰਾ ਉਹਨਾਂ ਕਿਰਸਾਨਾਂ ਦੇ ਨਾਲ ਉਹਨਾਂ ਜ਼ਿਮੀਂਦਾਰਾਂ ਦੇ ਨਾਲ ਰਲ ਕੇ ਜਦੋਂ ਖੇਤੀ ਕਰਦਾ ਜਦੋਂ ਵਾਹੀ ਦਾ ਕੰਮ ਕਰਦਾ ਉਦੋਂ ਕੀ ਕੁਝ ਆ ਖਾਣ ਪੀਣ ਨੂੰ ਕੀ ਕੁਝ ਮਿਲਦਾ ਲੱਸੀ ਦਾ ਛੰਨਾ ਦਿੰਦੇ ਲੱਸੀ ਦਾ ਛੰਨਾ ਛੰਨਾ ਇੱਕ ਪ੍ਰਕਾਰ ਦਾ ਬਰਤਨ ਹੁੰਦਾ ਜੀ ਭਾਂਡਾ ਲੱਸੀ ਦਾ ਛੰਨਾ ਦਿੰਦੇ ਬਾਜਰੇ ਦੀ ਰੋਟੀ ਮੱਖਣ ਦੀ ਪਿੰਨੀ ਦਿੰਦੇ ਮੱਖਣ ਦਾ ਪੇੜਾ ਉਹ ਖਾਣ ਨੂੰ ਮਿਲਦਾ ਦੁੱਧ ਦੀਆਂ ਕਟੋਰੀਆਂ ਤੇ ਦੁੱਧ ਦੇ ਕਟੋਰੇ ਭਰੇ ਹੋਏ ਕਵੀ ਕਹਿੰਦਾ ਹੁਣ ਮੈਨੂੰ ਖਾਣ ਪੀਣ ਨੂੰ ਮਿਲਦੇ ਹਨ ਕਿਵੇਂ ਜਦੋਂ ਕੋਈ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦਾ ਜਦੋਂ ਉਹਦੀ ਰੋਟੀ ਘਰੋਂ ਜਾਂਦੀ ਹੈ ਨਾ ਤਾਂ ਉਦੋਂ ਉਹਦੇ ਵਿੱਚ ਆਹਾਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਆ ਵਸਤੂਆਂ ਜਿਹੜੀਆਂ ਖਾਣ ਪੀਣ ਵਾਲੀਆਂ ਜਿਵੇਂ ਲੱਸੀ ਦਾ ਛੰਨਾ ਬਾਜਰੇ ਦੀ ਰੋਟੀ ਮੱਖਣ ਦੀ ਪਿੰਨੀ ਦੁੱਧ ਦੀਆਂ ਕਟੋਰੀਆਂ ਇਹ ਸਾਡਾ ਸੱਭਿਆਚਾਰਕ ਖਾਣ ਪੀਣਾ ਹੈ ਕਵੀ ਨੇ ਸੱਭਿਆਚਾਰਕ ਖਾਣ ਪੀਣ ਦੀ ਗੱਲ ਕੀਤੀ ਹੈ ਇਹਦੇ ਵਿੱਚ ਸਾਗ ਦਿੰਦੇ ਦਾਣੇ ਦਿੰਦੇ ਭੁੰਨੇ ਸਾਗ ਵੀ ਸਾਗ ਵੀ ਆਪਾਂ ਖੇਤਾਂ ਦੇ ਵਿੱਚੋਂ ਤੋੜਦੇ ਆਣੇ ਦਾਣੇ ਦਿੰਦੇ ਭੁੰਨੇ ਜਿਹੜੇ ਦਾਣੇ ਆਪਣੇ ਹੁੰਦੇ ਆ ਉਹ ਕਿੱਥੇ ਹੁੰਦੇ ਆ ਜੀ ਖੇਤਾਂ ਦੇ ਵਿੱਚ ਹੁੰਦੇ ਆ ਦਾਣੇ ਕਿਹਦੇ-ਕਿਹਦੇ ਦਾਣੇ ਕਵੀ ਨੇ ਦਾਣਿਆਂ ਦਾ ਜ਼ਿਕਰ ਕੀਤਾ ਮੱਕੀ ਦੇ ਦਾਣੇ ਜਵਾਰ ਦੇ ਤੇ ਛੋਲਿਆਂ ਦੇ ਦਾਣਿਆਂ ਦਾ ਜ਼ਿਕਰ ਕੀਤਾ ਕਵੀ ਨੇ ਕਵੀ ਕਹਿੰਦਾ ਇਹ ਦਾਣੇ ਹੈ ਜਿਹੜੇ ਇਹ ਭੁੰਨੇ ਹੋਏ ਮੈਨੂੰ ਕਿੱਥੋਂ ਮਿਲਦੇ ਆ ਮੈਨੂੰ ਖੇਤਾਂ ਦੇ ਵਿੱਚੋਂ ਮਿਲਦੇ ਆ ਮਤਲਬ ਮੈਂ ਖੇਤਾਂ ਦੇ ਵਿੱਚ ਜਦੋਂ ਕੰਮ ਕਰਨ ਲੱਗਿਆ ਫਿਰ ਆ ਜਿਹੜੀਆਂ ਵਸਤੂਆਂ ਮੈਨੂੰ ਖਾਣ ਨੂੰ ਮਿਲਦੀਆਂ ਪਾਣੀ ਠੰਡਾ ਖੂਹਾਂ ਦਾ ਦਿੰਦੇ ਖੇਤ ਦੇ ਵਿੱਚ ਕੀ ਹੁੰਦਾ ਪਾਣੀ ਠੰਡੇ ਦਾ ਜਿਹੜਾ ਹੁੰਦਾ ਸਾਧਨ ਉਹ ਕਿਹੜਾ ਹੁੰਦਾ ਜੀ ਖੂਹ ਹੁੰਦਾ ਖੂਹਾਂ ਦੇ ਵਿੱਚੋਂ ਮੈਂ ਖੂਹ ਦੇ ਵਿੱਚੋਂ ਪਾਣੀ ਠੰਡਾ ਪੀਣ ਵਾਸਤੇ ਪ੍ਰਾਪਤ ਕਰਦਾ ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ ਮੇਰੇ ਪੀਣ ਤੇ ਜੀਣ ਵਾਸਤੇ ਕਿਹੜੀ ਚੀਜ਼ ਮੈਨੂੰ ਮਿਲਦੀ ਹੈ ਖੁਸ਼ੀ ਮਿਲਦੀ ਹੈ ਟਿੱਬੇ ਢੇਰ ਸਾਰੇ ਢਾ ਮદાન ਕਰਨ ਜਿਹੜੇ ਕਿਰਸਾਨ ਹੁੰਦੇ ਆ ਨਾ ਲੋਕ ਜਿਹੜੇ ਕੀਰਤੀ ਲੋਕ ਹੁੰਦੇ ਆ ਉਹ ਸਾਰੇ ਟਿੱਬਿਆਂ ਨੂੰ ਢਾ ਕੇ ਟਿੱਬੇ ਸਾਰਿਆਂ ਨੂੰ ਇੱਕ ਪੱਧਰ ਕਰਕੇ ਇੱਕ ਲੈਵਲ ਤੇ ਕਰਕੇ ਸਾਰਿਆਂ ਨੂੰ ਮੈਦਾਨ ਬਣਾ ਦਿੰਦੇ ਨੇ ਕਿਉਂਕਿ ਜਦੋਂ ਕੋਈ ਜ਼ਮੀਨ ਹੁੰਦੀ ਹੈ ਜਿਹੜੀ ਜਿਸ ਤੇ ਜਦੋਂ ਟਿੱਬੇ ਹੋਣ ਜਿਹੜੀ ਜ਼ਮੀਨ ਤੇ ਟਿੱਬੇ ਹੋਣ ਉਸ ਦੇ ਟਿੱਬਿਆਂ ਨੂੰ ਢਾਕੇ ਪੱਧਰੀ ਕਰ ਦਿੱਤਾ ਜਾਂਦਾ ਹੈ ਉਸ ਨੂੰ ਮੈਦਾਨੀ ਇਲਾਕਾ ਬਣਾ ਦਿੱਤਾ ਜਾਂਦਾ ਹੈ ਫੇਰ ਹੀ ਉਸ ਤੇ ਕੋਈ ਫਸਲ ਪੈਦਾ ਹੁੰਦੀ ਹੈ ਸੋ ਕਵੀ ਕਹਿੰਦਾ ਵੀ ਇਹ ਇੰਨੇ ਮਤਲਬ ਕਿਰਤੀ ਲੋਕ ਐ ਇੰਨੇ ਮਿਹਨਤੀ ਲੋਕ ਐ ਜਿਹੜੇ ਮੇਰੇ ਜਿਹੜੇ ਮੇਰੇ ਜਿਹੜੇ ਮਿੱਤਰ ਸਾਥੀ ਜਿਹੜੇ ਕਿਸਾਨ ਨੇ ਉਹਨਾਂ ਨੇ ਸਾਰੇ ਟਿੱਬਿਆਂ ਨੂੰ ਢਾ ਕੇ ਮੈਦਾਨ ਕਰ ਦਿੱਤਾ ਹੈ ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈੜੀਆਂ ਇਹ ਲੋਕੀ ਕਿਹੜੇ ਲੋਕ ਜਿਹੜੇ ਕਿਸਾਨ ਲੋਕ ਨੇ ਉਹ ਮੇਰੇ ਰੱਬ ਦੀਆਂ ਪੈੜੀਆਂ ਹਨ ਪੈੜੀਆਂ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆ ਜ਼ਮੀਨਾ ਜ਼ਮੀਨਾ ਠੀਕ ਹੈ ਬੇਟਾ ਜੀ ਗੱਲ ਕਲੀਅਰ ਹੋ ਗਈ ਨਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਤਾ ਜਿਹੜੀ ਦੇਖੋ ਕਿੰਨੀ ਪਿਆਰੀ ਹੈ ਹੈਨਾ ਕਵਤਾ ਇਹ ਬੜਾ ਸ਼ਾਨਦਾਰ ਤਰੀਕੇ ਨਾਲ ਇੱਕ ਕਿਸਾਨ ਦੇ ਜੀਵਨ ਨੂੰ ਕਵੀ ਨੇ ਦੇ ਵਿੱਚ ਦੱਸਿਆ ਵੀ ਕੀ ਕਹਿੰਦਾ ਕਵੀ ਕਵੀ ਹੁਣ ਕਵੀ ਦੀਆਂ ਜਿਹੜੀਆਂ ਕਿਤਾਬਾਂ ਉਹ ਕੀ ਬਣ ਗਈਆਂ ਪਹਿਲੀਆਂ ਕਵੀ ਦੇ ਯਾਰ ਕੌਣ ਬਣ ਗਏ ਜੱਟ ਬੂਟ ਉਸ ਤੋਂ ਬਾਅਦ ਕੀ ਕੁਝ ਖਾਣ ਨੂੰ ਪ੍ਰਾਪਤ ਹੁੰਦਾ ਹੈ ਕਿਰਸਾਨ ਨੂੰ ਲੱਸੀ ਦਾ ਛੰਨਾ ਬਾਜਰੇ ਦੀ ਰੋਟੀ ਮੱਖਣ ਦੀ ਪਿੰਨੀ ਦੁੱਧ ਦੀਆਂ ਕਟੋਰੀਆਂ ਸਾਗ ਦਾਣੇ ਕਿਹੜੇ ਕਿਹੜੇ ਦਾਣੇ ਮੱਕੀ ਜਵਾਰ ਤੇ ਛੋਲਿਆਂ ਦੇ ਠੰਡਾ ਪਾਣੀ ਖੂਦ ਆ ਪੀਣ ਵਾਸਤੇ ਉਸ ਤੋਂ ਬਾਅਦ ਕਿਰਸਾਨ ਜਿਹੜੇ ਕਿੰਨੇ ਕਿਰਤੀ ਆ ਕਿੰਨੇ ਮਿਹਨਤੀ ਆ ਵੀ ਉਹ ਸਾਰੇ ਟਿੱਬੇ ਟਾ ਕੇ ਮੈਦਾਨ ਬਣਾ ਦਿੰਦੇ ਨੇ ਉਹਨਾਂ ਨੂੰ ਪੱਧਰ ਕਰ ਦਿੰਦੇ ਨੇ ਇਹ ਲੋਕੀ ਹਣ ਮੇਰੇ ਰੱਬ ਦੀਆਂ ਪੈਲੀਆਂ ਠੀਕ ਹੈ ਬਾਈ ਕਲੀਅਰ ਹੈ ਨਾ ਇਹ ਕਵਿਤਾ ਕੋਈ ਦਿੱਕਤ ਨਹੀਂ ਆਉਗੀ ਹੈਨਾ ਇਹਦੇ ਵਿੱਚੋਂ ਕੋਈ ਵੀ ਪ੍ਰਸ਼ਨ ਬਣ ਜੇ ਮੈਨੂੰ ਉਮੀਦ ਹੈ ਵੀ ਤੁਸੀਂ ਗਲਤ ਨਹੀਂ ਕਰੋਗੇ ਹੁਣ ਅੱਗੇ ਦੇਖੋ ਜੀ ਅਗਲੀ ਕਵਤਾ ਹਾਂ ਅਗਲੀ ਕਵਤਾ ਨਹੀਂ ਅੱਗੇ ਆਪਣੀ ਕਵਤਾ ਹੋ ਰਹੀ ਹੈ ਇਹ ਹਾਂ ਬੀਜ ਬੀਜਣ ਇਹ ਹੱਲ ਚਲਾਣ ਕਾਲਾਂ ਕਾਲਣ ਪੂਰੀਆਂ ਖਾਣ ਥੋੜਾ ਪੈਨਣ ਮੋਟਾ ਸੋਟਾ ਵੇਖਣ ਮੁੜ ਮੁੜ ਵੱਲ ਬੱਦਣਾ ਇਹ ਹਨ ਜੱਗ ਦੇ ਭੰਡਾਰੀ ਰਾਜੇ ਹੱਥ ਅੱਡ ਅੱਡ ਮੰਗਦੇ ਇਥੋਂ ਰੋਟੀਆਂ ਸਹੀ ਨ ਗੱਲਾਂ ਕਵੀ ਨੇ ਜਿਹੜੀਆਂ ਲਿਖੀਆਂ ਹੋਈਆਂ ਦੇਖੋ ਸੁਣੋ ਧਿਆਨ ਨਾਲ ਕਵੀ ਕੀ ਕਹਿੰਦਾ ਇਹ ਖੇਤਾਂ ਦੇ ਵਿੱਚ ਬੀਜ ਬੀਜਦੇ ਹਨ ਬੀ ਬੀਜਤਾ ਤੇ ਹਲ ਚਲਾਉਂਦੇ ਹਨ ਹਲ ਚਲਾਉਣ ਦਾ ਕੰਮ ਕੌਣ ਕਰਦਾ ਜੀ ਖੇਤਾਂ ਦੇ ਵਿੱਚ ਕਿਸਾਨ ਲੋਕ ਕਰਦੇ ਨੇ ਕਾਲਾ ਕਾਲਣ ਪੂਰੀਆਂ ਕਾਲਾ ਕਾਲਣ ਦਾ ਮਤਲਬ ਹੁੰਦਾ ਮਿਹਨਤ ਕਰਨੀ ਕਮਾਈ ਕਰਨੀ ਜਿਹਨੂੰ ਕਹਿ ਦਿੰਨੇ ਆਪਾਂ ਮਿਹਨਤ ਕਰਨੀ ਇੱਕ ਕਿਸਾਨ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਮਿਹਨਤ ਕਰਦਾ ਹੈ ਖੇਤਾਂ ਦੇ ਵਿੱਚ ਅਨਾਜ ਅਗਾਉਣ ਵਾਸਤੇ ਬੀ ਬੀਜਣ ਵਾਸਤੇ ਖਾਂਣ ਥੋੜਾ ਇੱਕ ਕਿਸਾਨ ਹੈ ਜਿਹੜੇ ਬੜਾ ਮਤਲਬ ਸੰਤੋਖ ਦੇ ਨਾਲ ਖਾਂਦੇ ਆ ਥੋੜਾ ਖਾਂਦੇ ਆ ਪੈਨਡ ਮੋਟਾ ਸੋਟਾ ਮੋਟਾ ਸੋਟਾ ਦਾ ਮਤਲਬ ਹੁੰਦਾ ਹੈ ਵੀ ਖੱਦਰ ਦਾ ਕੱਪੜਾ ਪਾ ਲੈਣਾ ਖੱਦਰ ਦਾ ਕੱਪੜਾ ਕਹਿਣ ਦਾ ਭਾਵ ਸਸਤਾ ਸਾਦਾ ਜਿਹੜਾ ਕੱਪੜਾ ਹੈ ਉਹ ਕੱਪੜਾ ਪਾਲਣਾ ਆਪਣੇ ਸਰੀਰ ਤੇ ਪਿੰਡੇ ਤੇ ਪੈਨਣ ਮੋਟਾ ਸੋਟਾ ਵੇਖਣ ਮੁੜ ਮੁੜ ਵੱਲ ਬੱਦਲਾਂ ਕਿਸਾਨ ਕੀ ਕਰਦੇ ਆ ਜਦੋਂ ਵੀ ਬੀਜ ਦਿੰਦੇ ਆ ਉਸ ਤੋਂ ਬਾਅਦ ਕੀ ਕਰਦੇ ਆ ਉਹ ਵੇਖਣ ਮੁੜ ਮੁੜ ਵੱਲ ਬੱਦਲਾਂ ਕਿਉਂਕਿ ਆਪਣੀ ਜਿਹੜੀ ਸਾਡੇ ਦੇਸ਼ ਦੇ ਵਿੱਚ ਜਿਹੜੀ ਖੇਤੀ ਆ ਉਹ ਬਹੁਤ ਜ਼ਿਆਦਾ ਕਾਦੇ ਤੇ ਨਿਰਭਰ ਕਰਦੀ ਹੈ ਜੀ ਬੱਦਲਾਂ ਤੋਂ ਭਾਵ ਕੀ ਹੈ ਵੀ ਬਰਸਾਤ ਤੇ ਨਿਰਭਰ ਕਰਦੀ ਹੈ ਬਰਸਾਤ ਤੇ ਬੱਦਲਾਂ ਵੱਲ ਕਿਉਂ ਦੇਖ ਰਹੇ ਆ ਕਿਸਾਨ ਕਿਉਂ ਮੁਰਮੁਰ ਦੇਖਦੇ ਐ ਕਿਉਂਕਿ ਉਹਨਾਂ ਨੂੰ ਇੱਕ ਉਮੀਦ ਆਸ ਹੈ ਕਿ ਬੱਦਲਾਂ 'ਚ ਬਾਰ ਬਰਸਾਤ ਹੋਊਗੀ ਤੇ ਬਰਸਾਤ ਦੇ ਕਾਰਨ ਉਹਨਾਂ ਦੀ ਫਸਲ ਹੈ ਜਿਹੜੀ ਉਹ ਚੰਗੀ ਹੋਊਗੀ ਇਸ ਕਰਕੇ ਕਿਸਾਨ ਹੈ ਜਿਹੜਾ ਮੁਰਮੁਰ ਮੁਰਮੁਰ ਬੱਦਲਾਂ ਵੱਲ ਵੇਖਦਾ ਹੈ ਇਹ ਹਨ ਜੱਗ ਦੇ ਭੰਡਾਰੀ ਜੱਗ ਦੇ ਭੰਡਾਰੀ ਕੌਣ ਹੈ ਜੱਗ ਨੂੰ ਇਸ ਸੰਸਾਰ ਨੂੰ ਜੱਗ ਮਤਲਬ ਸੰਸਾਰ ਇਹ ਸੰਸਾਰ ਦੇ ਭੰਡਾਰੀ ਕੌਣ ਹੈ ਇਸ ਸੰਸਾਰ ਨੂੰ ਦੇਣ ਵਾਲੇ ਇਸ ਸੰਸਾਰ ਨੂੰ ਕੌਣ ਹੈ ਜਿਹੜਾ ਜਿਹੜਾ ਅੰਨ ਪਾਣੀ ਦੇਣ ਵਾਲਾ ਕੌਣ ਹੈ ਉਹ ਹੈ ਕਿ ਆ ਜੀ ਕਿਰਸਾਨ ਅੰਨਦਾਤਾ ਕਿਹਾ ਜਾਂਦਾ ਹੈ ਨਾ ਕਿਰਸਾਨ ਨੂੰ ਇਹ ਹਨ ਜਗ ਦੇ ਭੰਡਾਰੀ ਭੰਡਾਰੀ ਮਤਲਬ ਅੰਨਦਾਤਾ ਰਾਜੇ ਹੱਥ ਆਢਾ ਆੱਡ ਮੰਗਦੇ ਇੱਥੋਂ ਰੋਟੀਆਂ ਤੇ ਰਾਜੇ ਮਤਲਬ ਵੱਡੇ ਲੋਕ ਹੈ ਜਿਹੜੇ ਤਨਾਡ ਲੋਕ ਵੀ ਹੈ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਇਹਨਾਂ ਕਿਰਸਾਨਾਂ ਦੇ ਘਰੋਂ ਹੱਥ ਆੱਡ ਆੱਡ ਕੇ ਮੰਗਦੇ ਇੱਥੋਂ ਰੋਟੀਆਂ ਮੰਗਦੇ ਨੇ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਕਿਰਸਾਨ ਹੈ ਜਿਹੜਾ ਉਹ ਉਹ ਅਨਾਜ ਪੈਦਾ ਕਰਦਾ ਹੈ ਕਿਰਸਾਨ ਅਨਾਜ ਪੈਦਾ ਕਰਦਾ ਤੇ ਰਾਜਿਆਂ ਤੱਕ ਜੇ ਮੰਨ ਲਓ ਕਿਰਸਾਨ ਅਨਾਜ ਪੈਦਾ ਕਰਦਾ ਹੀ ਨਾ ਤੇ ਰਾਜੇ ਤੱਕ ਕਿਵੇਂ ਪਹੁੰਚਦਾ ਫਿਰ ਇਸ ਕਰਕੇ ਰਾਜਾ ਹੈ ਜਿਹੜਾ ਉਹ ਵੀ ਕਿਰਸਾਨ ਤੋਂ ਮੰਗਦਾ ਹੈ ਕਾਲਾ ਕਾਲਣਾ ਦਾ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਸੀ ਮਿਹਨਤ ਕਰਨਾ ਹੁੰਦਾ ਮੋਟਾ ਸੋਟਾ ਦਾ ਮਤਲਬ ਹੁੰਦਾ ਖੱਦਰ ਦਾ ਕੱਪੜਾ ਠੀਕ ਹੈ ਬੇਟਾ ਜੀ ਆ ਆਪਣੀ ਕਵਤਾ ਕਲੀਅਰ ਹੋ ਗਈ ਹੈ ਨਾ ਸਾਰੀ ਹਾਂ ਐਨੀ ਕਵਤਾ ਹੈ ਹਲ ਵਾਹਣ ਵਾਲੀ ਕਵਤਾ ਦਾ ਸਰਲੇਖ ਹੈ ਪੜਨ ਪੜਾਣ ਸਾਰਾ ਛੱਡਿਆ ਸਾਰਾ ਪੜਨ ਪੜਾਣ ਕਵੀ ਕਹਿੰਦਾ ਮੈਂ ਛੱਡਤਾ ਕਿਤਾਬਾਂ ਜਿਹੜੀਆਂ ਪੈ ਲਈਆਂ ਸੀ ਉਹਨਾਂ ਨੂੰ ਤਾਂ ਮੈਂ ਆਪਣੀਆਂ ਕਿਤਾਬਾਂ ਬਣਾ ਲਈਆਂ ਮੇਰੇ ਯਾਰ ਮਿੱਤਰ ਕੌਣ ਬਣ ਗਏ ਜੱਟ ਤੇ ਬੂਟੇ ਜਿਹੜੇ ਖੇਤਾਂ ਦੇ ਵਿੱਚ ਲੱਸੀ ਦਾ ਛੰਨਾ ਪੀਣ ਨੂੰ ਬਾਜਰੇ ਦੀ ਰੋਟੀ ਮੱਖਣ ਦੀ ਪਿੰਨੀ ਦੁੱਧ ਦੀਆਂ ਕਟੋਰੀਆਂ ਖਾਣ ਪੀਣ ਦੀਆਂ ਵਸਤੂਆਂ ਬਣ ਗਈਆਂ ਸਾਗ ਤੇ ਦਾਣੇ ਦਾਣੇ ਕਿਹੜੇ ਕਿਹੜੇ ਮੱਕੀ ਜਵਾਰ ਤੇ ਛੋਲਿਆਂ ਦੀ ਠੰਡਾ ਪਾਣੀ ਖੂਦਾ ਜਿਹੜਾ ਪੀਣ ਵਾਸਤੇ ਤੇ ਟਿੱਬੇ ਸਾਰੇ ਇਹਨਾਂ ਕਿਸਾਨਾਂ ਨੇ ਤੇ ਢਾ ਕੇ ਸਾਰੇ ਮੈਦਾਨ ਬਣਾ ਦਿੰਦੇ ਹਨ ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ ਇੱਕ ਕਿਸਾਨ ਨੇ ਜਿਹੜੇ ਇਹ ਮੇਰੇ ਰੱਬ ਦੀਆਂ ਪੈਲੀਆਂ ਹਨ ਜ਼ਮੀਨਾਂ ਹਨ ਇਹ ਬੀਜ-ਬੀਜਦੇ ਨੇ ਹਲ ਚਲਾਉਂਦੇ ਨੇ ਪੂਰੀਆਂ ਘਾਲਾਂ ਕੱਲਦੇ ਨੇ ਮਿਹਨਤ ਕਰਦੇ ਨੇ ਥੋੜਾ ਖਾਂਦੇ ਨੇ ਸਬਰ ਨਾਲ ਖਾਂਦੇ ਨੇ ਮੈਂ ਪਹਿਨਣ ਮੋਟਾ ਸੋਟਾ ਤੇ ਖਦਰ ਦਾ ਕੱਪੜਾ ਪਹਿਣ ਪਹਿਣ ਕੇ ਆਪਣਾ ਜੀਵਨ ਬਸਰ ਗੁਜ਼ਾਰਾ ਕਰਦੇ ਨੇ ਵੇਖਣ ਮੁੜ ਮੁੜ ਵੱਲ ਬੱਦੜਾ ਤੇ ਘੜੀ ਮੁੜੀ ਬੱਦਲਾਂ ਵੱਲ ਦੇਖਦੇ ਨੇ ਕਿਉਂਕਿ ਇਹਨਾਂ ਨੂੰ ਬਰਸਾਤ ਦੀ ਆਸ ਹੈ ਇਹ ਹਨ ਜੱਗ ਦੇ ਭੰਡਾਰੀ ਇਸ ਜੱਗ ਦੇ ਅੰਨ ਦਾਤੇ ਕੌਣ ਨੇ ਸਾਡੇ ਕਿਸਾਨ ਲੋਕ ਨੇ ਤੇ ਰਾਜੇ ਇਥੋਂ ਆਪਣੇ ਹੱਥ ਅੱਡ ਅੱਡ ਕੇ ਮੰਗਦੇ ਨੇ ਅਨਾਜ ਮੰਗਦੇ ਨੇ ਠੀਕ ਹੈ ਬੇਟਾ ਜੀ ਕਲੀਅਰ ਅਗਲੀ ਕਵਿਤਾ ਸੁਣੋ ਕੀ ਕਹਿੰਦੀ ਹੈ ਪੰਜਾਬ ਦੇ ਦਰਿਆ ਅਗਲੀ ਕਵਿਤਾ ਦਾ ਸਰਲੇਖ ਹੈ ਪੰਜਾਬ ਦੇ ਦਰਿਆ ਇਸ ਕਵਤਾ ਦੇ ਵਿੱਚ ਕਵੀ ਨੇ ਜਿਹੜੇ ਪੰਜਾਬ ਦੇ ਦਰਿਆ ਨੇ ਉਹਨਾਂ ਦਾ ਜ਼ਿਕਰ ਕੀਤਾ ਤੇ ਦੇਖੋ ਧਿਆਨ ਨਾਲ ਪਹਿਲਾਂ ਸੁਣੋ ਕਵਤਾ ਕਵੀ ਕੀ ਕਹਿੰਦਾ ਕਵੀ ਕਹਿੰਦਾ ਰਾਵੀ ਸੋਹਣੀ ਪਈ ਵਗਦੀ ਮੈਨੂੰ ਸਤਲੁਜ ਪਿਆਰਾ ਹੈ ਮੈਨੂੰ ਵਿਆਸ ਪਈ ਖਿੱਚਦੀ ਮੈਨੂੰ ਚਨਾਵਾਂ ਬਾਜਾਂ ਮਾਰਦੀ ਮੈਨੂੰ ਜੇਲਮ ਪਿਆਰ ਦਾ ਅਟਕਾਂ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ ਖਾੜ ਖਾੜ ਚੱਲਣ ਵਿੱਚ ਮੇਰੇ ਸੁਫਨਿਆ ਪੰਜਾਬ ਦੇ ਦਰਿਆ ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ ਪੰਜਾਬ ਦੇ ਦਰਿਆਵਾਂ ਨੂੰ ਕਿਹੜੀ ਅੱਗ ਲੱਗੀ ਹੋਈ ਪਿਆਰ ਦੀ ਅੱਗ ਪਿਆਰਾ ਜੱਪ ਸਾਹਿਬ ਗਾਉਂਦੇ ਠੰਡੇ ਤੇ ਠਾਰਦੇ ਪਿਆਰ ਦੇ ਠੀਕ ਹੈ ਬੇਟਾ ਜੀ ਕਵਿਤਾ ਤੁਸੀਂ ਸੁਣ ਚੁੱਕੇ ਹੋ ਹੁਣ ਆਪਾਂ ਗੱਲ ਕਰਦੇ ਆਂ ਵੀ ਇਸ ਕਵਿਤਾ ਦੇ ਵਿੱਚ ਕਵੀ ਨੇ ਦਰਿਆਵਾਂ ਦੇ ਨਾਮ ਵੀ ਲਏ ਆ ਉਹਨਾਂ ਦੇ ਨਾਲ-ਨਾਲ ਕਵੀ ਨੇ ਜ਼ਿਕਰ ਕੀਤਾ ਵੀ ਕਿਹੜਾ ਦਰਿਆ ਹੈ ਜਿਹੜਾ ਕਿਹੜੀ ਕਿਰਿਆ ਕਰ ਰਿਹਾ ਹੈ ਠੀਕ ਹੈ ਖੜ ਖੜ ਦਾ ਅਰਥ ਤੁਸੀਂ ਦੇਖ ਹੀ ਲੋ ਸ਼ੋਰ ਮਚਾਉਣਾ ਹੁੰਦਾ ਠਾਠ ਦਾ ਮਤਲਬ ਹੁੰਦਾ ਮੌਜ ਤੇ ਜਪ ਦਾ ਮਤਲਬ ਹੁੰਦਾ ਜਪ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਜਪਜੀ ਸਾਹਿਬ ਜੀ ਨੂੰ ਆਪਾਂ ਕਹਿ ਦਿੰਨੇ ਹਾਂ ਅਲ ਅੰਤ ਦੇ ਵਿੱਚ ਹਨਾ ਲਓ ਜੀ ਪੰਜਾਬ ਦੇ ਦਰਿਆ ਸਭ ਤੋਂ ਪਹਿਲਾਂ ਕਵੀ ਕੀ ਕਹਿੰਦਾ ਧਿਆਨ ਨਾ ਜਦੋਂ ਤੁਸੀਂ ਇਸ ਨੂੰ ਮੰਨ ਲਓ ਇਹਦੇ ਨਾਲ ਸੰਬੰਧਿਤ ਇਹਦੇ ਅਰਥ ਸ਼ੁਰੂ ਕਰਨੇ ਹਨ ਮੰਨ ਲਓ ਐਗਜ਼ਾਮ ਦੇ ਵਿੱਚ ਪ੍ਰਸ਼ਨ ਆ ਜੇ ਕਿ ਆਹ ਜਿਹੜਾ ਐਵੇਂ ਇਸ ਤਰ੍ਹਾਂ ਇੱਕ ਪੈਰਾ ਦਿੱਤਾ ਹੋਵੇ ਤੁਹਾਨੂੰ ਵੀ ਕਾਹ ਪੈਰੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਤੁਸੀਂ ਉਸ ਸਥਿਤੀ ਦੇ ਵਿੱਚ ਕੀ ਕਰਨਾ ਹੈ ਪ੍ਰਸੰਗ ਦੇ ਵਿੱਚ ਤੁਸੀਂ ਕੀ ਲਿਖੋਗੇ ਤੁਸੀਂ ਲਿਖੋਗੇ ਇਹ ਕਵਤਾ ਹੈ ਜਿਹੜੀ ਇਹ ਸਾਡੀ ਪੰਜਾਬੀ ਜਮਾਤ ਦੀ ਜਿਹੜੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ ਵਿੱਚੋਂ ਲਈ ਗਈ ਹੈ ਜਿਸ ਦੀ ਰਚਨਾ ਕਿਸ ਨੇ ਕੀਤੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਕਵਿਤਾ ਵਿੱਚ ਪੰਜਾਬ ਦੇ ਦਰਿਆਵਾਂ ਦਾ ਜ਼ਿਕਰ ਕੀਤਾ ਤੇ ਅੰਤ ਦੇ ਵਿੱਚ ਕੀ ਕਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਕੇਂਦਰੀ ਬਾਣੀ ਜਪਜੀ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਂਦਰੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜਿਹੜੀ ਬਾਣੀ ਜਪਜੀ ਸਾਹਿਬ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਤੁਸੀਂ ਇਹਦੀ ਵਿਆਖਿਆ ਕਰ ਸਕਦੇ ਹੋ ਕਵੀ ਕੀ ਕਹਿੰਦਾ রাਵੀ ਸੋਹਣੀ ਪਈ ਪਈ ਵਗਦੀ ਜਿਹੜਾ রাਵੀ ਦਰਿਆ ਹੈ ਇਹ ਦਰਿਆਵਾਂ ਦੇ ਨਾਮ ਹੈ ਮੈਂ ਲਿਖਦਾ ਜਾਣਾ ਕਿਹੜੇ ਕਿਹੜੇ ਦਰਿਆਵਾਂ ਦੇ ਨਾਮ ਹੈ রাਵੀ ਦਰਿਆ ਹੈ ਜਿਹੜਾ ਇਹ ਵਗਦਾ ਹੋਇਆ ਬੜਾ ਸੋਹਣਾ ਲੱਗਦਾ ਕਵੀ ਨੂੰ ਬੜਾ ਸੁੰਦਰ ਲੱਗਦਾ ਬੜਾ ਪਿਆਰਾ ਲੱਗਦਾ ਮੈਨੂੰ ਸਤਲੁਜ ਪਿਆਰਾ ਹੈ ਸਤਲੁਜ ਦਰਿਆ ਹੈ ਜਿਹੜਾ ਉਹ ਕਵੀ ਨੂੰ ਬੜਾ ਪਿਆਰਾ ਲੱਗਦਾ ਉਸ ਤੋਂ ਬਾਅਦ ਅੱਗੇ ਮੈਨੂੰ ਵਿਆਸ ਭਈ ਖਿੱਚਦੀ ਵਿਆਸ ਦਰਿਆ ਹੈ ਜਿਹੜਾ ਉਹ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ ਆਕਰਸ਼ਿਤ ਕਰ ਰਿਹਾ ਜਿਹਨੂੰ ਆਪਾਂ ਕਹਿ ਦਿੰਨੇ ਆ ਮੈਨੂੰ ਚਨਾਵ ਆਵਾਜ਼ਾਂ ਮਾਰਦੀ ਚਨਾਵ ਦਰਿਆ ਹੈ ਜਿਹੜਾ ਉਹ ਮੈਨੂੰ ਆਵਾਜ਼ਾਂ ਮਾਰ ਕੇ ਆਪਣੇ ਕੋਲ ਬੁਲਾ ਰਿਹਾ ਹੈ ਸਾਧ ਰਿਹਾ ਹੈ ਮੈਨੂੰ ਜਹਿਲਮ ਪਿਆਰ ਦਾ ਤੇ ਜਿਹੜਾ ਜਹਿਲਮ ਦਰਿਆ ਹੈ ਉਹ ਮੈਨੂੰ ਪਿਆਰ ਦੇ ਰਿਹਾ ਹੈ ਆਪਣਾ ਪਿਆਰ ਦਾ ਮਤਲਬ ਪਿਆਰ ਦੇਣਾ ਅਟਕਾਂ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ ਅਟਕ ਦਰਿਆ ਹੈ ਜਿਹੜਾ ਉਸ ਦੀਆਂ ਜਿਹੜੀਆਂ ਲਹਿਰਾਂ ਹੈ ਉਸ ਦੀਆਂ ਲਹਿਰਾਂ ਦੀ ਜਿਹੜੀ ਠਾਠ ਹੈ ਉਹ ਕਵੀ ਕਹਿੰਦਾ ਮੇਰੇ ਬੂਹੇ ਤੇ ਵੱਜਦੀ ਹੈ ਕਿਹੜੇ ਕਿਹੜੇ ਦਰਿਆ ਦੀ ਜਿਹੜੀ ਠਾਠ ਹੈ ਉਹ ਕਵੀ ਦੇ ਬੂਹੇ ਤੇ ਵੱਜਦੀ ਹੈ ਮਤਲਬ ਕੀ ਹੈ ਵੀ ਕਵੀ ਦਾ ਜਿਹੜਾ ਬੂਹਾ ਹੈ ਉਸ ਨੂੰ ਉਹ ਛੁੰਦੀ ਹੈ ਕਿਹੜੀ ਕਿਹੜਾ ਦਰਿਆ ਅਟਕ ਦਰਿਆ ਉਸ ਤੋਂ ਬਾਅਦ ਖਾੜ ਖਾੜ ਚੱਲਣ ਵਿੱਚ ਮੇਰੇ ਸੁਪਨਿਆਂ ਖਾੜ ਖਾੜ ਮਤਲਬ ਇੱਕ ਆਵਾਜ਼ ਕਰਦੇ ਹੋਏ ਪਾਣੀ ਦੇ ਚੱਲਣ ਦੀ ਆਵਾਜ਼ ਖਾੜ ਖਾੜ ਇੱਕ ਤਰ੍ਹਾਂ ਦੀ ਆਵਾਜ਼ ਹੈ ਜੋ ਪਾਣੀ ਦੇ ਚੱਲਣ ਦੀ ਆਵਾਜ਼ ਹੁੰਦੀ ਹੈ ਉਹ ਕਵੀ ਕਹਿੰਦਾ ਮੇਰੇ ਸੁਪਨਿਆਂ ਦੇ ਵਿੱਚ ਇਹ ਜਿਹੜੇ ਦਰਿਆ ਜਿਹਨਾਂ ਦਰਿਆਵਾਂ ਦਾ ਜ਼ਿਕਰ ਹੋਇਆ ਕਿਹੜੇ-ਕਿਹੜੇ ਰਾਵੀ ਸਤਲੁਜ ਬਿਆਸ ਚਨਾਹ ਜੇਹਲਮ ਤੇ اٹਕ ਇਹ ਦਰਿਆ ਹੈ ਜਿਹੜੇ ਇਹ ਖੜਖੜ ਆਵਾਜ਼ ਕਰਕੇ ਮੇਰੇ ਸੁਪਨਿਆਂ ਵਿੱਚ ਚੱਲਦੇ ਨੇ ਪੰਜਾਬ ਦੇ ਦਰਿਆ ਨੇ ਇਹ ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ ਹੈ ਇਹਨਾਂ ਦਰਿਆਵਾਂ ਨੂੰ ਕਿਹੜੀ ਅੱਗ ਲੱਗੀ ਹੋਈ ਹੈ ਪਿਆਰ ਦੀ ਅੱਗ ਲੱਗੀ ਹੋਈ ਹੈ ਮਤਲਬ ਇਹਨਾਂ ਦਰਿਆਵਾ ਦੇ ਵਿੱਚ ਪਿਆਰ ਭਰਿਆ ਹੋਇਆ ਹੈ ਪਿਆਰਾ ਜਪੁ ਸਾਹਿਬ ਗਾਉਂਦੇ ਠੰਡੇ ਤੇ ਠਾਰਦੇ ਪਿਆਰ ਦੇ ਜਦੋਂ ਦਰਿਆ ਜਿਹੜੇ ਵਗਦੇ ਨੇ ਕਵੀ ਕਹਿੰਦਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਦਿੱਤੀ ਹੋਈ ਹੈ ਬੇਟਾ ਜੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ ਜਪਜੀ ਸਾਹਿਬ ਬਾਣੀ ਹੈ ਜਿਹੜੀ ਉਹ ਗਾਉਂਦੇ ਹੋਏ ਇਹ ਦਰਿਆ ਚੱਲਦੇ ਨੇ ਇਹ ਦਰਿਆ ਠੰਡੇ ਨੇ ਤੇ ਮੇਰੇ ਜੀ ਨੂੰ ਵੀ ਠਾਰਦੇ ਨੇ ਮੇਰੇ ਹਿਰਦੇ ਨੂੰ ਵੀ ਠਾਰਦੇ ਨੇ ਮੈਨੂੰ ਪਿਆਰ ਦਿੰਦੇ ਹੋਏ ਇਹ ਲਗਾਤਾਰ ਚੱਲ ਰਹੇ ਨੇ ਠੀਕ ਹੈ ਬੇਟਾ ਜੀ ਕਲੀਅਰ ਹੋ ਗਈ ਨਾ ਇਹ ਕਵਿਤਾ ਆਪਣੀ ਖਾੜਖਾੜ ਮਤਲਬ ਸ਼ੋਰ ਮਚਾਉਣਾ ਆਵਾਜ਼ ਕਰਦੇ ਹੋਏ ਠਾਟ ਦਾ ਮਤਲਬ ਹੁੰਦਾ ਮौज ਆਇਆ ਸੀ ਨਾ ਪਿੱਛੇ ਆ ਦੇਖੋ اٹਕਾਂ ਦੀਆਂ ਲਹਿਰਾਂ ਦੀ ਠਾਠ ਉਹ ਜਿਹੜੀ ਲਹਿਰਾਂ ਦੀ ਜਿਹੜੀ ਮौज ਹੈ ਉਹ ਮੇਰੇ ਬੂਹੇ ਤੇ ਵੱਜਦੀ ਹੈ ਕਵੀ ਕਹਿੰਦਾ ਠੀਕ ਹੈ ਬੇਟਾ ਜੀ ਕਲੀਅਰ ਹੋ ਗਈ ਨਾ ਇਹ ਕਵਿਤਾ ਹੁਣ ਦੇਖ ਲਓ ਇੱਕ ਵਾਰੀ ਫੇਰ ਵੀ ਆਪਣੀ ਜਿਹੜੀ ਕਵਿਤਾ ਹੈ ਉਹਦੇ ਵਿੱਚੋਂ ਆਪਣੀ ਪਹਿਲੀ ਕਵਿਤਾ ਪੜ੍ਹੀ ਸੀ ਆਪਾਂ ਪੰਜਾਬ ਦੇ ਮਜ਼ਦੂਰ ਜੀ ਦੇ ਵਿੱਚ ਕਵੀ ਨੇ ਪੰਜਾਬ ਦੇ ਕਿਰਤੀ ਮਜ਼ਦੂਰਾਂ ਦੇ ਸੁਭਾ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਅਗਲੀ ਕਵਤਾ ਹਲਵਾਉਣ ਵਾਲੇ ਹਲਵਾਉਣ ਵਾਲੇ ਜਿਹੜੇ ਕਿਸਾਨ ਨੇ ਕਵੀ ਨੇ ਉਹਨਾਂ ਬਾਰੇ ਜ਼ਿਕਰ ਕੀਤਾ ਵੀ ਉਹ ਕਿੰਨੇ ਮਿਹਨਤੀ ਨੇ ਕਵੀ ਦਾ ਆਪਣਾ ਜੀਵਨ ਵੀ ਕਵੀ ਨੇ ਦੱਸਿਆ ਕਿ ਮੇਰਾ ਜੀਵਨ ਹੈ ਜਿਹੜਾ ਉਹ ਹਣ ਹੁਣ ਹਲਵਾਉਣ ਵਾਲਿਆਂ ਵਰਗਾ ਹੋ ਗਿਆ ਹੈ ਉਸ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਦਰਿਆਵਾਂ ਦਾ ਜ਼ਿਕਰ ਕੀਤਾ ਕਵੀ ਨੇ ਦੇਖੋ ਰਾਵੀ ਦਰਿਆ ਸਤਲੁਜ ਦਰਿਆ ਬਿਆਸ ਦਰਿਆ ਚਨਾਬ ਦਰਿਆ ਜੇਹਲਮ ਦਰਿਆ ਤੇ ਅਟਕ ਦਰਿਆ ਦੀ ਗੱਲ ਕੀਤੀ ਹੈ ਤੇ ਇਸ ਕਵਿਤਾ ਦੇ ਅੰਤ ਵਿੱਚ ਕਵੀ ਨੇ ਕੀ ਕਿਹਾ ਹੈ ਕੀ ਇਹ ਦਰਿਆ ਨੇ ਜਿਹੜੇ ਇਹਨਾਂ ਨੂੰ ਪਿਆਰ ਦੀ ਅੱਗ ਲੱਗੀ ਹੋਈ ਹੈ ਇਹ ਪਿਆਰਾ ਜਪਜੀ ਸਾਹਿਬ ਗਾਉਂਦੇ ਹੋਏ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹੋਏ ਇਹ ਦਰਿਆ ਗਾਉਂਦੇ ਠੰਡੇ ਤੇ ਠਾਰਦੇ ਆਪ ਵੀ ਠੰਡੇ ਨੇ ਆਪ ਵੀ ਠਰੇ ਹੋਏ ਤੇ ਮੈਨੂੰ ਵੀ ਮੇਰੇ ਵੀ ਜੀ ਨੂੰ ਠਾਰਦੇ ਹੋਏ ਮਤਲਬ ਠੰਡ ਪਾਉਂਦੇ ਮੇਰੇ ਕਲੇਜੇ ਵਿੱਚ ਚੱਲਦੇ ਜਾ ਰਹੇ ਨੇ ਠੀਕ ਆ ਬੇਟਾ ਜੀ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਪਾਠ ਹੈ ਉਹ ਆਪਣਾ ਹੋ ਗਿਆ ਜੀ ਕਲੀਅਰ ਇੱਕਦਮ ਅਗਲੀ ਜਿਹੜੀ ਵੀਡੀਓ ਹੋਊਗੀ ਉਹਦੇ ਵਿੱਚ ਇਸ ਪਾਠ ਨਾਲ ਸੰਬੰਧਿਤ ਅਭਿਆਸ ਪ੍ਰਸ਼ਨ ਹੈ ਜਿਹੜੇ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਜੀ ਜਲਦੀ ਮਿਲਦੇ ਆ ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ